ਦੇ ਨਾਲ ਦਾ ਪੂਲ ਅਗਲੇ ਪਾਸੇ ਆ ਉੱਥੇ ਮੋੜ ਜਾਣਾ ਵਧੀਆ ਨਾ ਅੱਛਾ ਅੱਛਾ ਇਹ ਰਾਵੀ ਦਰਿਆ ਹੈ ਇਹ ਰਾਵੀ ਹੋ ਜੀ ਦਰਿਆ ਵੀ ਹੋਣੀ ਖਤਮ ਹੀ ਕਰਦੇ ਨਹੀਂ ਨਹੀਂ ਵੈਸੇ ਤਾਂ ਖਤਮ ਹੋ ਰਿਹਾ ਪਰ ਇਹ ਹੈ ਕਿ ਇਹਨੇ ਜਦੋਂ ਫੜਾ ਜਾਂਦਾ ਨਾ ਫਿਰ ਕਿੰਨਾ ਕੁ ਤੰਗ ਜ਼ਿਆਦਾ ਨਹੀਂ ਕਰਦਾ ਇਹ ਥੋੜ੍ਹਾ ਹੀ ਚੱਲਦਾ ਜਿੰਨਾ ਕੁ ਪੋਲਾ ਇੰਨਾ ਕੁ ਨਿਕਲ ਜਾਂਦਾ ਰਾਵੀ ਦਾ ਨਹੀਂ ਇੰਨਾ ਹੁੰਦਾ ਸਤਲੁਜ ਦਾ ਅਤੇ ਬਿਆਸ ਦਰਿਆ ਦਾ ਕਿਲਾਰਾ ਜ਼ਿਆਦਾ ਸਤਲੁਜ ਸਾਡੇ ਦਾ ਉਹ ਜਿੱਥੇ ਸਾਡੇ ਘਰ ਆ ਉੱਥੋਂ ਤੱਕ ਪਾਣੀ ਆ ਜਾਂਦਾ ਜਦੋਂ ਤੱਕ ਇਹ ਨਹੀਂ ਤੰਗ ਆਉਂਦਾ ਇੰਨਾ ਕੀ ਕਹਿੰਦੇ ਭਾਈ ਇਹਨੂੰ ਸਿਲੰਡਰ ਜੇ ਜਿਹੜੇ ਆ ਡੁੱਬਦੇ ਨਹੀਂ ਹੈ ਨਾ ਇਹ ਡੁੱਬਦੇ ਨਹੀਂ ਰੋਕ ਦਿਓ ਭਾਈ ਇੱਥੇ ਕਿਉਂ ਕੱਢ ਦਿਓ ਹੁਣ ਬਾਹਰ ਚੱਲਦੇ ਹਾਂ ਪਰਲੇ ਪਾਸੇ ਚੱਲ ਜਾਂਦੇ ਜਦੋਂ ਚੱਲਣਾ ਭੱਜ ਜਾਣ ਦੋ ਤੁਸੀਂ ਪਰਲੇ ਪਾਸੇ ਗੱਲਬਾਤ ਕਿੰਨੀ ਸਵਾਦ ਹੀ ਉਦੋਂ ਚੀਜ਼ਾਂ ਬਹੁਤ ਬੇੜੀ ਵੀ ਹੈਗੀ ਇੱਥੇ ਦੇਖ ਲਓ ਭਾਈ ਹਿਲਦੇ ਵੀ ਹੈ ਨਹੀਂ ਹੈ ਨਹੀਂ ਜਿੱਥੇ ਪਾਣੀ ਚੱਲ ਰਿਹਾ ਉੱਥੇ ਥੱਲੇ ਬਹਿਣਾ ਹੁੰਦਾ ਪੂਰਾ ਹਾਂ ਦੇਖੋ ਇੱਥੇ ਬੈਠੂ ਮੈਂ ਥੱਲੇ ਬਹਿ ਗਿਆ ਇਧਰ ਪਾਣੀ ਪੁਲ ਤਾਂ ਬਾਈ ਕਾਦਾ ਬਣਿਆ ਇਹ ਜਿੰਨਾ ਲੋਕੀ ਜਿਹੜੇ ਸ਼ਹਿਰਾਂ ਤੋਂ ਟੁੱਟੇ ਹੋਣਗੇ ਨਾ ਜ਼ਿਆਦਾ ਵਧੀਆ ਹੋਣਗੀ ਡਿਮਾਂਡ ਚੰਗੀ ਹੋ ਜਾਣੀ ਜ਼ਮੀਨ ਦੇ ਵਿੱਚ ਵੱਟਾ ਵੁੱਟਾ ਨਹੀਂ ਹੋਣਾ ਸਾਨੂੰ ਨਹੀਂ ਇੱਥੇ ਨਹੀਂ ਵੱਟੇ ਵਧੀਆ ਹੋਣੀ ਪਰ ਆਉਣੀ ਰੇਤਲੀ ਥੋੜ੍ਹੀ ਰੇਤਲੀ ਇੱਥੇ ਗੰਨਾ ਗੁੰਨਾ ਜੜ ਵਾਲੀ ਫਸਲ ਜਿੰਨੀ ਵੀ ਇੱਥੇ ਹੋਣੀ ਵਧੀਆ ਹਨੀ ਵੀ ਖੰਡ ਗੁੰਡ ਨਾ ਹੋਵੇ ਉਸਤਾਦ ਦਾ ਨਿਕਾਲ ਦੇ ਕੱਲ ਕੋ ਹੋਣਾ ਨਹੀਂ ਇਧਰ ਦੇਖ ਕੇ ਯਾਰ ਦੇਖ ਕੇ ਜਲਦੀ ਦਿਖਾਵਾਂਗੇ ਅੰਦਰ ਨਾ ਬੁਲਾਈਂਗੇ
ਹੱਟ ਗਈ ਨਾਲ ਹੀ ਉਹ ਹੁਣ ਤਾਂ ਚੱਲ ਗਈ ਦੇਖ ਲਾ ਬਾਹਰ ਜਾ ਕੇ ਵੀਡੀਓ ਬਣਾਉਣੀ ਮੈਂ ਉੱਪਰ ਮਿੱਤਰੋ ਰਾਵੀ ਦਰਿਆ ਦੇਖ ਲਓ ਵਿਊ ਪਟਿਆਲਾ ਪੁਲ ਕਹਿੰਦੇ ਇਹਨੂੰ ਆਪਾਂ ਪਹਿਲੇ ਪੁਲ ਇੱਦਾਂ ਆਉਂਦੇ ਸੀ ਥੱਲੇ ਜਾਂਦੇ ਆ ਦੇਖੀ ਜਾਂਦੇ ਆ ਨਾ ਰਸਤਾ ਆ ਗਿਆ ਨਾ ਜਿੰਨੇ ਵੀ ਘਰ ਸਾਡੇ ਅਜੇ ਵੀ ਇੰਤਕਾਲ ਸਾਡੇ ਨਾਂ ਦੇ ਕਹਿੰਦੇ ਹੋਏ
ਸਕਦਾ ਇਹ ਕਿਰਾਏ ਤੇ ਰਹਿ ਰਹੇ ਆ ਨਹੀਂ ਨਹੀਂ ਉਹ ਹੁਣ ਤੇ ਆਪਣੀ ਜਦੋਂ 15 ਸਾਲ ਤੋਂ ਵੱਧ ਰਹਿ ਲਓ ਨਾ ਮਾਲਕ ਹੀ ਹੁੰਦੀ ਇਹ ਐਤਕੀ ਪੰਗਾ ਲੈ ਕੇ ਡੈਡੀ ਨੇ ਸਾਰੀ ਜ਼ਮੀਨ ਬਈ ਆਪਣੀ ਇਹ ਹੁਣ ਰੋਡ ਤੇ ਸਾਰੀ ਆ ਉੱਪਰ ਤੱਕ ਆ ਜਿਹੜਾ ਕਮਾਲ ਲੱਗਾ ਪਿੱਛੇ ਤੋਂ ਵਧੀਆ ਹੀ ਆ ਬਈ ਲੋ ਜੀ ਮਿੱਤਰੋ ਆਪਾਂ ਆ ਗਏ ਆਪਣੇ ਬੇਲਣੇ ਦੇ ਇੱਥੇ ਗੁੜ ਨਿਕਲਦਾ ਕੀ ਸਿਸਟਮ ਹੈ ਭਾਜੀ ਦਾ ਉੱਥੋਂ ਯਾਰ ਨਿਕਲਦਾ ਰੱਸ ਇਹਦੇ ਟਾਈਮ ਦਾ ਇਹਦੇ 'ਚ ਹਾਂ ਇਹ ਭਰ ਜਾਂਦੀ ਹੈ ਇੱਥੇ ਪੈਪ ਲੱਗੀ ਇਹਦੇ ਟਾਈਮ ਦਾ ਗੁੜ ਖਾਈਦਾ ਲਾਸਟ ਗੁੜ ਇੱਥੇ ਆ ਜਾਂਦਾ ਸਹੀ ਹੈ ਜੀ ਬੰਦ ਪਿਆ ਬਾਬਾ ਜੀ ਕਿੰਨੇ ਦਿਨ ਦਾ ਸਿਸਟਮ ਕਦੋਂ ਬਣਾਇਆ ਹੁਣ ਲਾਸਟ ਵਾਰ ਠੀਕ ਹੈ ਚੌੜਾ ਹੋਣਾ ਅੱਗੇ ਜਾ ਕੇ ਸਿੱਧਾ ਰੋਡ ਜੰਮੂ ਜਾਂਦਾ ਹੈ ਜਦੋਂ ਬੱਸ ਟਰਨ ਕੀਤਾ ਨਾ ਹਾਂਜੀ ਹਾਂ ਇੱਥੋਂ ਜੰਮੂ ਦਾ ਰਸਤਾ ਹੋਊਗਾ ਅੱਧੇ ਘੰਟੇ ਦਾ ਬਸ ਇਹ ਰੋਡ ਬਣਨਾ 66 ਫੁੱਟ ਉੱਥੋਂ ਨਿਕਲਣਾ ਰੋਡ ਵਿੱਚ ਦੀ ਜਿੱਥੇ ਤੁਸੀਂ ਮੈਨੂੰ ਮਿਲੇ ਸੀ ਲਾਸਟ ਟਾਈਮ ਹਾਂਜੀ ਇਹ ਉਹੀ ਰੋਡ ਜਿਹੜਾ ਉੱਥੋਂ ਨਿਕਲ ਕੇ ਸਿੱਧਾ ਰੋਡ ਜਾਣਾ ਕਟੜੇ ਤੱਕ ਜੰਮੂ ਕਟੜਾ ਵੈਸ਼ਨੋ ਮਾਤਾ ਵਾਲਾ ਇਹ ਰੋਡ ਹੋਰ ਕ੍ਰੀਮ ਇੱਥੇ ਆ ਜਿਹੜਾ ਪਿੰਡ ਦੇ ਵਿੱਚ ਰੋਡ ਨਿਕਲਣਾ ਬਈ ਕ੍ਰੀਮ ਬਣ ਜਾਣੀ ਹੈ ਹਾਂ ਜ਼ਮੀਨ ਬਈ ਉੱਪਰ ਹੀ ਜਾਣੀ ਰੋਡ ਦੇ ਟਾਈਮ ਲੱਗਣਾ ਨਾ 10 ਸਾਲ ਲੱਗਣੇ 5 7 ਸਾਲ ਤੇ ਲੱਗ ਜਾਣੇ ਜਿਹੜੇ ਪਿੱਛੇ ਜ਼ਮੀਨਾਂ ਉਹਨਾਂ ਨੂੰ ਲੋਕਾਂ ਨੂੰ ਪੈਸੇ ਆਉਣ ਲੱਗ ਗਏ ਆ ਭਾਈ ਤਕੜਾ ਜਿਹਾ ਜਗਾੜ ਪਾ ਦਿਓ ਇੱਥੇ ਫਿਰ ਹਾਂ ਇਹ ਕੋਈ ਯਾਰ ਜੋ ਪਰਮਾਤਮਾ ਹੁੰਦਾ ਹੈ ਹੁਣ ਦੱਸੋ ਯਾਰ ਫਿਰ ਕਿੱਦਾਂ ਕਰੀਏ ਮੈਂ ਤਾਂ ਘੁੰਮ ਗਈ ਯਾਰ ਕਿਤੇ ਕਿੱਥੇ ਘੁੰਮਣਾ ਯਾਰ ਘਰ ਬੈਨੇ ਭਾਈ ਘੁੰਮ ਕੇ ਭਾਈ ਕਿੱਥੇ ਆਵਾਂਗੇ ਉਦੋਂ ਯਾਰ ਤੁਸੀਂ ਪੁੱਛ ਲਓ ਮੜਿਆ ਮੈਂ ਤਾਂ ਕਹਿੰਦਾ ਮੜੇ ਭਾਈ ਮੈਨੂੰ ਤਾਂ ਐਵੇਂ ਤਾਂ ਮਿੰਨੀ ਦਰਿਆ ਮੇਰਾ ਤਾਂ ਮਨ ਲੱਗਾ ਨਹੀਂ ਹੈ ਨਾ ਕੱਲ ਆਪਾਂ ਖੁੱਲੇ ਹੋਏ ਜਾਂਦੇ ਰਾਤ ਰੂਤ ਰਹਿ ਕੇ ਜਾਂਦੇ ਹੁਣ ਤੁਸੀਂ ਮੈਨੂੰ ਤਾਂ ਯਾਰ ਕਪੂਰ ਸਾਹਿਬ ਤੁਸੀਂ ਕਪੂਰ ਸਾਹਿਬ ਵਾਲੇ ਚੱਕਰ ਵਿੱਚ ਪੈ ਗਿਆ ਨਾ ਵਾਲਾ ਉਹਦੇ ਕਰਕੇ ਹੋ ਜਾਏਗਾ ਹਾਂ ਉਹ ਵੀ ਜ਼ਰੂਰੀ ਸੀ ਕੰਮ ਭਈਆ ਰਸਤਾ ਬਹੁਤ ਘੈਂਟ ਨਾ ਬੂਟੇ ਵਾਲਾ ਇੱਥੇ ਲੋਕੀ ਉਹ ਕਰਾ ਲੈਂਦੇ ਭਰਾਵਾ ਫੋਟੋ ਫੋਟੋ ਪ੍ਰੀ ਵੈਡਿੰਗ ਐ ਪੂਰਾ ਗੋਲ ਜਾ ਨਾ ਇਹ ਆਹੋ ਐਨ ਪੂਰਾ ਗੋਲ ਹੀ ਹੈ ਕਨੋਪੀ ਇੱਥੇ ਸਾਨੂੰ ਲਾਡ ਹੁੰਦਾ ਸੀ ਉਹ ਸਾਡੇ ਵੇਲੇ 'ਚ ਪਰ ਉਹਦਾ 61 ਲੱਖ ਦਾ ਵੀ ਲੱਗਦਾ ਪੈਟਰੋਲ ਪੰਪ 'ਤੇ ਪੂਰਾ ਪ੍ਰੋਪਰ ਤਿਆਰ ਹੁੰਦਾ 61-62 ਲੱਖ ਦਾ ਵੀ ਲੱਗ ਜਾਂਦਾ 65 ਤੱਕ ਚਲੀ ਜਾਂਦੀ ਭੈਣੀ ਕਰ ਦਿੰਦੇ ਭਾਈ ਪੈਟਰੋਲ ਪੰਪ 'ਚ ਇੰਨੀ ਕਮਾਈ ਨਹੀਂ ਹੈਗੀ ਇੰਨੀ ਕੁ ਭਾਜੀ ਹਾਈਵੇ ਕੋਈ ਵੇਲੇ 'ਚ ਕਮਾਈ ਨਹੀਂ ਹੈਗੀ ਹੁਣ ਆਪਾਂ ਗੱਲ ਲੈ ਕੇ ਆ ਗਏ ਹੁਣ ਪਛਤਾ ਰਹੇ ਸਾਰੇ ਪੈਸੇ ਲਾ ਲਏ ਇਹ ਤਾਂ ਭਾਜੀ ਇੱਦਾਂ ਹੈਗਾ ਟੋਹ ਟੱਪੀ ਟੋਹ ਟੱਪਾਈ ਆ ਹੋਰ ਕੁਛ ਨਹੀਂ ਕਰਦਾ ਪ੍ਰਭਾਵ ਹੀ ਆ ਬਸ ਵੀ ਪੰਪ ਆ ਉਹ ਆਧਾਰ ਹੀ ਭੈਣ ਦੇ ਮਤਲਬ ਦਾ ਪੰਪ ਦਾ ਕੰਮ ਹੀ ਧਾਰਦਾ ਆ ਨਗਦੀ ਵਾਲਾ ਕੰਮ ਹੁੰਦਾ ਭਾਈ ਹਾਈਵੇ ਖੇਵੇ ਤੇ ਨਗਦ ਹਾਂ ਨਗਦ ਤੇ ਉੱਥੇ ਤਾਂ ਕਿਸੇ ਨੇ ਧਾਰ ਕਰਨਾ ਧਾਰ ਤਾਂ ਹੀ ਹੋਣਾ ਨਾ ਜੇ ਤੇਲ ਵਿਕੂਗਾ ਤੇ ਫਿਰ ਹੀ ਉਹਨੇ ਧਾਰ ਕਰਨਾ ਜੇ ਨਹੀਂ ਵਿਕੂਗਾ ਜਿਹੜਾ ਤੁਸੀਂ ਕਹਿੰਦੇ ਨਾ ਇੱਥੇ ਸਾਰਾ ਪਿੰਡਾਂ ਪੁੰਡਾਂ ਵਾਲਾ ਕੰਮ ਆ ਤੂੰ ਭੈਣ ਗੱਲਬਾਤ ਦੋ
आगे घरे सानू दरिया दिखाना सी, दरिया दिखाता ओए किदां बाकी दरिया तुसी देख लिया। मैनू नहीं पता सी, मैं पहली बार देखा अज पुड़ छोटे होंदे देखा जी ते थोड़े नाल ही मैं देखण गया जी हुण। हां की करना नाल करूं साफ कर लिए पैर, कुट पैनी नहीं अंदर जाके। भाजी किधर चल गए? इधर। हाँ जी इधर लिया वही खाना जरूरी ये तो मेरा है। गल माड़ी हुई है जग ਬਾਬੇ ਤੁਹਾਨੂੰ ਮਿਲਾਨੇ ਆ ਇੱਕ ਸ਼ਹਿਰ ਨਾਲ। ਕੁੜੀ ਜਾਵੇ ਦੰਦ ਨਾ ਮਾਰੀ ਮੇਰੀ ਦੇਖੀ ਦੇਖੀ ਹੈਲੋ ਕਰ ਦੰਦ ਮਾਰਦਾ ਹੈਲੋ ਕਰਦੇ मटर खा आ देख छड़ दते तू ठीक है चंगा चंगा शाह जी ओके जी ओके।